ਭਾਈ ਸਿੱਖਾ ਜਦੋਂ ਸੰਸਾਰ ਦੇ ਉੱਤੇ ਜੀਵ ਆਉਂਦਾ ਹੈ ਨਾ ਤੇ ਜੀਵ ਦੀ ਇੱਕ ਨਿਸ਼ਾਨੀ ਹੁੰਦੀ ਹੈ ਕਿ ਉਹ ਆਉਣ ਲੱਗਾ ਰੋਂਦਾ ਹੈ। ਲੇਕਿਨ ਜਿਸ ਪਰਿਵਾਰ ਦੇ ਵਿੱਚ ਉਹਦਾ ਜਨਮ ਹੁੰਦਾ ਹੈ ਨਾ ਉਹ ਪਰਿਵਾਰ ਹੱਸਦਾ ਹੈ, ਉਹ ਖੁਸ਼ੀਆਂ ਮਨਾਉਂਦਾ ਹੈ ਕਿ ਸਾਡੇ ਘਰ ਦੇ ਵਿੱਚ ਵਾਧਾ ਹੋਇਆ, ਪਰਿਵਾਰ ਆਇਆ, ਬੱਚੇ ਨੇ ਜਨਮ ਲੈਣਾ ਕੀਤਾ, ਉਹ ਬੜਾ ਪ੍ਰਸੰਨ ਹੁੰਦਾ ਹੈ। ਲੇਕਿਨ ਜਿਹੜਾ ਆਉਣ ਵਾਲਾ ਹੁੰਦਾ ਹੈ ਉਹ ਤੇ ਰੋਂਦਾ ਹੈ। ਉਹ ਕਿਸ ਵਾਸਤੇ ਰੋਂਦਾ ਹੈ? ਕਿਉਂਕਿ ਉਹਦੀ ਜਿਹੜੀ ਸੁਰਤ ਹੈ ਮਾਤਾ ਦੇ ਗਰਭ ਦੇ ਵਿੱਚ ਜੋ ਪਰਮਾਤਮਾ ਦੇ ਨਾਲ ਜੁੜੀ ਹੋਈ ਹੁੰਦੀ ਹੈ ਤੇ ਉਹ ਸੁਰਤ ਉਹਦੀ ਟੁੱਟ ਜਾਂਦੀ ਹੈ। ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਉਹਦੀ ਲਿਵ ਟੁੱਟ ਜਾਂਦੀ ਹੈ ਸੰਸਾਰ ਦੇ ਉੱਤੇ ਆਉਣ ਦੇ ਨਾਲ ਹੀ, ਤੇ ਉਹ ਫਿਰ ਰੋਣਾ ਸ਼ੁਰੂ ਕਰ ਦਿੰਦਾ ਹੈ ਕਿਉਂਕਿ ਮਾਇਆ ਦੀ ਤ੍ਰਿਸ਼ਨਾ ਲੱਗ ਜਾਂਦੀ ਹੈ। ਮਾਇਆ ਆਪਣਾ ਜਾਲ ਜਿਹੜਾ ਹੈ ਉਹ ਕਿਧਰੇ ਮਾਤਾ ਪਿਤਾ ਦੇ ਰੂਪ ਦੇ ਵਿੱਚ, ਕਿਧਰੇ ਭੈਣ ਭਰਾਵਾਂ ਦੇ ਰੂਪ ਦੇ ਵਿੱਚ ਉਹ ਮਾਇਆ ਆਪਣਾ ਜਾਲ ਜਿਹੜਾ ਹੈ ਪਸਾਰ ਲੈਂਦੀ ਹੈ। ਤੇ ਜੀਵ ਮਾਇਆ ਦੇ ਵਿੱਚ ਅਲੱਗ ਕਰਕੇ ਪਰਮਾਤਮਾ ਨੂੰ ਭੁੱਲ ਜਾਂਦਾ ਹੈ, ਉਹਦੀ ਲਿਵ ਜਿਹੜੀ ਹੈ ਉਹਦੇ ਨਾਲੋਂ ਟੁੱਟ ਜਾਂਦੀ ਹੈ, ਛੁੜਕ ਜਾਂਦੀ ਹੈ। ਕਬੀਰ ਜੀ ਕਹਿੰਦੇ ਹਨ ਕਿ ਇਨ ਮਾਇਆ ਜਗਦੀਸ਼ ਵਸਾਈ ਤੁਮਰੇ ਚਰਨ ਵਿਸਾਰੇ ਕਿੰਚਤ। ਮਹਾਰਾਜ ਕਹਿੰਦੇ ਕਿ ਇਹ ਕਬੀਰ ਇਸ ਮਾਇਆ ਨੇ ਸੰਸਾਰ ਦੇ ਉੱਤੇ ਆ ਕਰਕੇ, ਵਾਹਿਗੁਰੂ ਇਸ ਜੀਵ ਨੇ ਸੰਸਾਰ ਦੇ ਉੱਤੇ ਆ ਕਰਕੇ ਮਾਇਆ ਦੇ ਵਿੱਚ ਲੱਗ ਕਰਕੇ ਉਸ ਪਰਿਪੂਰਨ ਪਰਮਾਤਮਾ ਦੇ ਚਰਨ ਜਿਹੜੇ ਹਨ ਉਹ ਮਾਇਆ ਨੇ ਵਿਸਾਰ ਦੇਣੇ ਕਿਤੇ। ਕਰ ਮੁਨ ਜਨ ਸੇਵਾ ਜੀਵਤ ਪੇਕੇ ਜਿਨ ਹਰ ਹਰ ਧਿਆਇਆ ਸਾਧ ਸੰਗ ਤਿੰਨੀ ਦਰਸ਼ਨ ਪਾਇਆ ਸ਼ਾਹ ਵਪਾਰੀ ਮਰਣਾ ਜੋ ਦੀਸੈ ਸੋ ਕਾਲੇ ਕਰਣਾ ਜੋ ਦੀਸੈ ਚਿੱਤ ਨਾ ਚਿੱਤੇ ਸਨ ਜੋ ਮਨ ਚਿੱਤ ਨਾ ਚਿੱਤੇ ਸਨ ਜੋ ਮਨ ਚਿੱਤ ਨਾ ਚਿੱਤੇ ਸਨ ਜੋ ਮਨ ਚਿੱਤ ਨਾ ਚਿੱਤੇ ਸਨ ਅਚਿੰਤੇ ਪਾ
चेतना चेते सन सो काली रब किया सो काली रब किया जो मन चेतना चेते सन जो मन चेतना चेते सन कीर्तन का महात्म फल विछड़ी आत्मा वश करना चौरासी लख के गेर तो बचा पिछो परिवार धीरज बख्शना परिवार के अंग संघ के सहायता करी महाराज जी सरबत संगतान का आया होया कदम कदम दरगाह प्रवान करो दुखा कलेसा बीमारिया का ना करो अदे सो शांतियाँ इलाके तंदुरुस्तियाँ बख्शिया करिए महाराज गरीबा के सेवादारण गुरबाणी पढ़ी गुरबाणी पढ़ते हैं सेवा करते हैं बिन भुला की क्षमा करो दाता जी आप जी भोग लवाते गुरु की कृपा प्रसाद जी तैयार है कृपा करो जी भोग लाभ लग्या होया भोग सबक संतान वर्ताओं की आग्ञा वाहगुरु महाराज कृपा करो सिख पढ़ते सौंदे सरबत लाए वंद हो गुरु नानक नाम कढ़दी कला तेरे भाणे सरबत दा भला एक शब्द लिव लाए नाम निधि अठारह सिद्धि पिछे लगियां फिर है जो हर हिरदय सदा वसाए ब्रह्म बिंदै तिसदा ब्रह्मत रहै एक शब्द लिव लाए पाठ जहाँ श्री अखंड पाठ साहब करने गुरु के हुक्म अनुसार श्री अखंड पाठ साहब जी के भोग उपरंत सतगुरों की पावन हाजरी दे विच अरदास समागम होया जिस दे विच कथा विचारा उपरंत सिख सद्भावना दल के मुखी भाई बलदेव सिंह जी वडाला जिन्होंने धन श्री गुरु अमरदास महाराज के पावन वचना कमाद्या होया अंत सतगुर बोलिया मैं पिछे कीर्तन करो निर्वाण जीओ कीर्तन की हाजरी भरी जन संत सरदार दयाल सिंह एक मनी परमनी हस्ती सी जेडे कि सू अज छोटा दे गए और परमात्मा के चरण में जाब राजे कांग्रेस पार्टी के बड़े चंगे कारकुन चंगे वर्कर दयाल सिंह जी एक्स चेयरमैन मार कमेटी मल्ला वाले अंतम अरदास शामिल होए हैं बड़े दुख की घड़ी है इन्हां दे तीन बेटे तीन बेटियां जिन्हां विचों सरदार सतनाम सिंह जी जो कि साढ़े ममदौर के विच करनी है परमात्मा दे नाल मिलना है मिलन करना है इस देही दे द्वारा ही मिलन होगा उस किसी दे मिलिया किस तरह जाएगा जदों सानू गुरु का ज्ञान प्राप्त हो जाएगा मैं अज संथा करा रहा सी सो एक सिख नूं ते पढ़द संथा करवाउंदिआं करवाउंदिआं एक पंगती आई साहब कहन लगे कि नानक गुर संतोख रुख फुल धर्म फल ज्ञान धर्म फुल फल ज्ञान फिर उन्होंने फुल धर्म का लगेगा धर्म के उत्ते तेरा निश्चा तेरा अकीदा जिहड़ा वह अटल हो जाएगा साध संगत जीओ देखो परमात्मा आप धर्मी है
ਤੇ ਪਰਮਾਤਮਾ ਨੂੰ ਮਿਲਣ ਦੇ ਵਾਸਤੇ ਸਾਨੂੰ ਧਰਮੀ ਬਣਨਾ ਪੈਣਾ ਹੈ। ਕਰਕੇ ਦੇ ਰਿਹਾ ਹੈ, ਜਿਹਨਾਂ ਦੀ ਪਾਲਣਾ ਕਰ ਰਿਹਾ ਮੈਂ, ਉਹਨਾਂ ਨੂੰ ਪੈਦਾ ਕਰ ਰਿਹਾ ਹੈ, ਲੈਤਾ ਕਰ ਰਿਹਾ ਹੈ, ਆਲਸ ਤੋਂ ਰਹਿ ਤੇਰਾ ਧਰਮ ਜਿਹੜਾ ਉਹ ਵੀ ਆਦਰਸ਼ ਹੈ, ਨਾ ਦਿਸਣ ਯੋਗ ਹੈ, ਲੇਕਿਨ ਹੈ ਤੂੰ ਧਰਮੀ। ਤੇ ਜਿਹੜਾ ਜਿਹੜਾ ਸਾਧ ਸੰਗਤ ਦੀ ਜੀਵ ਧਰਮੀ ਬਣ ਜਾਂਦਾ ਹੈ ਧਰਮ ਦਾ। ਇਸ ਵਾਸਤੇ ਸਭ ਕਹਿੰਦੇ ਹਨ ਕਿ ਫੁੱਲ ਧਰਮ ਫਲ ਗਿਆਨ, ਗਿਆਨ ਦਾ ਫਲ ਪ੍ਰਾਪਤ ਹੋ ਜਾਵੇਗਾ, ਜਿਹਨੂੰ ਗਿਆਨ ਦੀ ਪ੍ਰਾਪਤੀ ਹੋ ਜਾਵੇਗੀ ਉਹ ਹੀ ਪਰਮਾਤਮਾ ਦੇ ਨਾਲ ਅਭੇਦ ਹੋ ਸਕੇਗਾ। ਕਿਉਂਕਿ ਗਿਆਨ ਅੰਜਨ ਦੁਰਦਿਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਦੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਸਾਹਿਬ ਕਹਿੰਦੇ ਹਨ ਕਿ ਗਿਆਨ ਦਾ ਅੰਜਨ ਗੁਰੂ ਤੋਂ ਪ੍ਰਾਪਤ ਹੋ ਜਾਂਦਾ ਹੈ, ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ, ਉਦੋਂ ਅਗਿਆਨਤਾ ਦਾ ਅੰਧੇਰਾ ਜਿਹੜਾ ਹੈ ਉਹ ਸਾਰਾ ਹੀ ਖਤਮ ਹੋ ਜਾਂਦਾ ਹੈ, ਜੀਵ ਦੇ ਵਿੱਚੋਂ ਅੰਧਕਾਰ ਖਤਮ ਹੋ ਜਾਂਦਾ ਹੈ, ਜੀਵ ਗਿਆਨ ਵਾਲਾ ਹੋ ਕਰਕੇ ਪੂਰਨ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਂਦਾ ਹੈ। ਗਿਆਨ ਕੀ ਹੈ ਸਾਧ ਸੰਗਤ ਜੀ? ਮਨੁੱਖਾ ਦੇਹੀ ਦਾ ਗਿਆਨ ਹੋ ਜਾਣਾ ਕਿ ਮੈਨੂੰ ਕਿਸ ਵਾਸਤੇ ਪ੍ਰਾਪਤ ਹੋਈ ਹੈ, ਕਿਸ ਗੱਲ ਦਾ ਪ੍ਰਾਪਤੀ ਹੋ ਜਾਣੀ, ਕਿਹੜੀ ਵਸਤੂ ਮੇਰੇ ਖਾਣ ਯੋਗ ਹੈ, ਕਿਹੜੀ ਨਹੀਂ ਖਾਣ ਯੋਗ, ਕੀ ਮੇਰੇ ਪਹਿਨਣ ਯੋਗ ਹੈ, ਕੀ ਨਹੀਂ ਪਹਿਨਣ ਯੋਗ, ਕੀ ਮੇਰੇ ਬੋਲਣ ਯੋਗ ਹੈ, ਕੀ ਨਹੀਂ ਬੋਲਣ ਯੋਗ, ਇਸ ਵਾਸਤੇ ਇਹਨਾਂ ਸਾਰੀਆਂ ਗੱਲਾਂ ਦਾ ਹੋਈ ਹੈ। ਅਤੇ ਮਨੁੱਖਾ ਦੇਹੀ ਦੇ ਦੁਆਰਾ ਅਸੀਂ ਉਸ ਪਰਮਾਤਮਾ ਨੂੰ ਸਿਮਰਨ ਕਰੀਏ, ਗੁਰੂ ਵਾਲੇ ਬਣੀਏ, ਪੰਜਾਂ ਕਕਾਰਾਂ ਦੀ ਰਹਿਤ ਰੱਖੀਏ। ਸਤਿਗੁਰਾਂ ਨੇ ਸਾਨੂੰ ਪੰਜ ਕਕਾਰੀ ਸ਼ਸਤਰ ਧਾਰਨ, ਵਾਹਿਗੁਰੂ ਰਹਿਤ ਜਿਹੜੀ ਹੈ ਉਹ ਦ੍ਰਿੜ ਕਰਵਾਈ ਹੈ ਕਿ ਸਿੱਖ ਮੇਰਾ ਪੰਜਾਂ ਕਕਾਰਾਂ ਦਾ ਧਾਰਨੀ ਹੋਵੇ। ਠੀਕ ਹੈ ਕਿ ਦੁਨੀਆਂ ਦੇ ਉੱਤੇ ਕਈ ਮਤ ਚੱਲਦੇ ਹਨ ਔਰ ਉਹ ਆਪੋ ਆਪਣੀ ਮਰਿਆਦਾ ਜਿਹੜੀ ਉਹ ਦ੍ਰਿੜ ਕਰਵਾਉਂਦੇ ਹਨ, ਲੇਕਿਨ ਗੁਰੂ ਕੇ ਸਿੱਖ ਦੇ ਵਾਸਤੇ, ਨਾਨਕ ਨਾਮ ਲੇਵਾ ਸਿੱਖ ਦੇ ਵਾਸਤੇ ਪੰਜ ਕਕਾਰਾਂ ਦਾ ਧਾਰਨੀ ਹੋਣਾ ਅਤਿ ਜ਼ਰੂਰੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਪੁੱਛਿਆ ਭਾਈ ਨੰਦ ਲਾਲ ਜੀ ਨੇ ਕਿ ਸਿੱਖ ਦੀ ਜਿਹੜੀ ਬਾਹਰਲੀ ਸੂਰਤ ਹੈ ਉਹ ਕੈਸੀ ਹੋਣੀ ਚਾਹੀਦੀ ਹੈ, ਉਸ ਕੈਸਾ ਹੋਣਾ ਚਾਹੀਦਾ ਹੈ? ਪਰ ਕਹਿੰਦੇ ਕਿ ਕਹਿਣ ਲੱਗੇ ਕਿ ਨਿਸ਼ਾਨ ਏ ਸਿੱਖੀ ਹਰ ਪੰਜ ਕਾਵ, ਹਰ ਗਜ ਨਾ ਬਾਸ਼ ਇਹ ਪੰਜ ਵਾਰ। ਸਾਹਿਬ ਕਹਿਣ ਲੱਗੇ ਕਿ ਸਿੱਖੀ ਦੀ ਨਿਸ਼ਾਨੀ ਪੰਜ ਕਕਾਰ ਹਨ, ਇਹਨਾਂ ਪੰਜਾਂ ਕਕਾਰਾਂ ਦੇ ਵਿੱਚੋਂ ਕੋਈ ਵੀ ਕਕਾਰ ਰਹਿਤ ਹੋ ਗਿਆ ਸਿੱਖ, ਤੇ ਉਹ ਸਿੱਖ ਜਿਹੜਾ ਉਹ ਮਾਫ਼ੀ ਦਾ ਹੱਕਦਾਰ ਨਹੀਂ ਹੋਵੇਗਾ, ਉਹਨੂੰ ਮਾਫ਼ੀ ਨਹੀਂ ਦਿੱਤੀ ਜਾਵੇਗੀ। ਇਸ ਵਾਸਤੇ ਸਾਧ ਸੰਗਤ ਜੀ, ਸਤਿਗੁਰਾਂ ਨੇ ਸਾਨੂੰ ਪੰਜ ਕਕਾਰੀ ਰਹਿਤ ਜਿਹੜੀ ਹੈ ਉਹ ਦ੍ਰਿੜ ਕਰਵਾਉਣੀ ਕੀਤੀ ਹੈ। ਗੁਰੂ ਕੇ ਸਿੱਖ ਬਣ ਕਰਕੇ ਇਸ ਜੀਵਨ ਤੋਂ ਜਾਣਾ ਕਰੀਏ ਅਤੇ ਲਾਹਾ ਪ੍ਰਾਪਤ ਕਰਨਾ ਕਰੀਏ। ਕਈਆਂ ਮਹਾਂਪੁਰਸ਼ਾਂ ਦੇ ਜਦੋਂ ਅਸੀਂ ਵਚਨ ਸੁਣਦੇ ਹਾਂ ਨਾ, ਤੇ ਉਦੋਂ ਸਾਧ ਸੰਗਤ ਜੀ ਕਈ ਭਾਈ ਸਿੱਖਾਂ ਜਦੋਂ ਸੰਸਾਰ ਦੇ ਉੱਤੇ ਜੀਵ ਆਉਂਦਾ ਹੈ ਨਾ, ਤੇ ਜੀਵ ਦੀ ਇੱਕ ਨਿਸ਼ਾਨੀ ਹੁੰਦੀ ਹੈ ਕਿ ਉਹ ਆਉਣ ਲੱਗਾ ਰੋਂਦਾ ਹੈ, ਲੇਕਿਨ ਜਿਸ ਪਰਿਵਾਰ ਦੇ ਵਿੱਚ ਉਹਦਾ ਜਨਮ ਹੁੰਦਾ ਹੈ ਨਾ, ਉਹ ਪਰਿਵਾਰ ਹੱਸਦਾ ਹੈ, ਉਹ ਖੁਸ਼ੀਆਂ ਮਨਾਉਂਦਾ ਹੈ ਕਿ ਸਾਡੇ ਘਰ ਦੇ ਵਿੱਚ ਵਾਧਾ ਹੋਇਆ, ਪਰਿਵਾਰ ਆਇਆ, ਬੱਚੇ ਨੇ ਜਨਮ ਲੈਣਾ ਕੀਤਾ, ਉਹ ਬੜਾ ਪ੍ਰਸੰਨ ਹੁੰਦਾ ਹੈ। ਲੇਕਿਨ ਜਿਹੜਾ ਆਉਣ ਵਾਲਾ ਹੁੰਦਾ ਹੈ ਉਹ ਤੇ ਰੋਂਦਾ ਹੈ, ਉਹ ਕਿਸ ਵਾਸਤੇ ਰੋਂਦਾ ਹੈ? ਕਿਉਂਕਿ ਉਹਦੀ ਜਿਹੜੀ ਸੁਰਤ ਹੈ ਮਾਤਾ ਦੇ ਗਰਭ ਦੇ ਵਿੱਚ ਜੋ ਪਰਮਾਤਮਾ ਦੇ ਨਾਲ ਜੁੜੀ ਹੋਈ ਹੁੰਦੀ ਹੈ, ਤੇ ਉਹ ਸੁਰਤ ਉਹਦੀ ਟੁੱਟ ਜਾਂਦੀ ਹੈ। ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਉਹਦੀ ਲਿਵ ਟੁੱਟ ਜਾਂਦੀ ਹੈ ਸੰਸਾਰ ਦੇ ਉੱਤੇ ਆਉਣ ਦੇ ਨਾਲ ਹੀ, ਤੇ ਉਹ ਫਿਰ ਰੋਣਾ ਸ਼ੁਰੂ ਕਰ ਦਿੰਦਾ ਹੈ ਕਿਉਂਕਿ ਮਾਇਆ ਦੀ ਤ੍ਰਿਸ਼ਨਾ ਲੱਗ ਜਾਂਦੀ ਹੈ। ਮਾਇਆ ਆਪਣਾ ਜਾਲ ਜਿਹੜਾ ਹੈ ਉਹ ਕਿਧਰੇ ਮਾਤਾ ਪਿਤਾ ਦੇ ਰੂਪ ਦੇ ਵਿੱਚ, ਕਿਧਰੇ ਭੈਣ ਭਰਾਵਾਂ ਦੇ ਰੂਪ ਦੇ ਵਿੱਚ ਉਹ ਮਾਇਆ ਆਪਣਾ ਜਾਲ ਜਿਹੜਾ ਹੈ ਪਸਾਰ ਲੈਂਦੀ ਹੈ, ਅਤੇ ਜੀਵ ਮਾਇਆ ਦੇ ਵਿੱਚ ਅਲੱਗ ਕਰਕੇ ਪਰਮਾਤਮਾ ਨੂੰ ਭੁੱਲ ਜਾਂਦਾ ਹੈ, ਉਹਦੀ ਲਿਵ ਜਿਹੜੀ ਹੈ ਉਹਦੇ ਨਾਲੋਂ ਟੁੱਟ ਜਾਂਦੀ ਹੈ, ਛੁੜਕ ਜਾਂਦੀ ਹੈ। ਕਬੀਰ ਜੀ ਕਹਿੰਦੇ ਹਨ ਕਿ ਬਿਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਿਸਾਰੇ, ਕਿੰਚਤ ਮਹਾਰਾਜ ਕਹਿੰਦੇ ਕਿ ਇਹ ਕਬੀਰ ਇਸ ਮਾਇਆ ਨੇ ਸੰਸਾਰ ਦੇ ਉੱਤੇ ਆ ਕਰਕੇ, ਵਾਹਿਗੁਰੂ ਇਸ ਜੀਵ ਨੇ ਸੰਸਾਰ ਦੇ ਉੱਤੇ ਆ ਕਰਕੇ ਮਾਇਆ ਦੇ ਵਿੱਚ ਲੱਗ ਕਰਕੇ ਉਸ ਪਰਿਪੂਰਨ ਪਰਮਾਤਮਾ ਦੇ ਚਰਨ ਜਿਹੜੇ ਹਨ ਉਹ ਮਾਇਆ ਨੇ ਵਿਸਾਰ ਦੇਣੇ ਕੀਤੇ। ਉਹ ਰੋਣਾ ਸ਼ੁਰੂ ਕਰ ਦਿੰਦਾ ਹੈ, ਉਹ ਰੋਂਦਾ, ਲੇਕਿਨ ਉਹਦੇ ਮਾਤਾ ਪਿਤਾ, ਉਹਦਾ ਜਿਹੜੇ ਸੰਬੰਧੀ ਹਨ, ਜਿਹੜਾ ਪਰਿਵਾਰ ਹੈ, ਉਹ ਹੱਸਦਾ ਹੈ ਕਿ ਤੂੰ ਇਸ ਤਰ੍ਹਾਂ ਕਰਨਾ ਕਰ ਕਿ ਐਸੇ ਕਰਮ ਕਰਕੇ ਸੰਸਾਰ ਦੇ ਉੱਤੋਂ ਜਾਣਾ ਕਰ ਕਿ ਤੂੰ ਹੱਸਦਾ ਹੋਇਆ ਸੰਸਾਰ ਦਾ ਬੰਦਾ ਚਲਿਆ ਗਿਆ, ਉਹਦਾ ਬੜਾ ਆਸਰਾ ਸੀ ਸੰਸਾਰ ਨੂੰ, ਬੜੇ ਚੰਗੇ ਕਰਮ ਉਹਨੇ ਕੀਤੇ ਸੰਸਾਰ ਦੇ ਉੱਤੇ ਆਉਣ ਕਰਕੇ, ਇਸ ਤਰ੍ਹਾਂ ਕਰਨੀ ਕਰ ਚਲੋ
ਹਮ ਹੰਸੇ ਜਗ ਰੋਏ ਸੰਸਾਰ ਦੇ ਉੱਤੇ ਦੇ ਦਰ ਦੇ ਉੱਤੇ ਸੁਰਖਰੂ ਹੋ ਕਰਕੇ ਜਾਣਾ ਕਰੇ। ਇਹ ਕਿਸ ਤਰ੍ਹਾਂ ਹੋ ਸਕਦਾ ਹੈ ਸਾਧ ਸੰਗਤ ਜੀਓ? ਇਹਨੂੰ 500 ਜਵਾਨ ਰੱਖਣ ਦਾ ਮੁਗਲ ਹਕੂਮਤ ਵੱਲੋਂ ਸੋ ਪਾਵਰ ਮਿਲੀ ਹੋਈ ਸੀ, ਸ਼ਕਤੀ ਮਿਲੀ ਹੋਈ ਸੀ 500 ਜਵਾਨ ਆਪਣੇ ਪਾਸ ਰੱਖਦਾ। ਇਹਨੂੰ ਪਾਵਰ ਮਿਲੀ ਹੋਈ ਸੀ ਜਿਹਨੂੰ ਹੁਣ ਅੰਗਰੇਜ਼ੀ ਦੇ ਵਿੱਚ ਵੀਟੋ ਕਿਹਾ ਜਾਂਦਾ ਹੈ ਕਿ ਵੀਟੋ ਪਾਵਰ, ਇਤਨੀ ਪਾਵਰ ਮਿਲ ਜਾਣੀ। ਇਹਨੂੰ ਇਤਨੀ ਪਾਵਰ ਮਿਲੀ ਸੀ ਕਿ 500 ਜਵਾਨ ਆਪਣੇ ਪਾਸ ਰੱਖ ਸਕਦਾ ਸੀ, ਚੌਧਰੀ ਸੀ ਉਸ ਪਰਗਣੇ ਦਾ। ਲੁਟਾਈਆ ਬਾਹਰ, ਲੜਾਈ ਦਾ ਅਰਥ ਹੈ ਕਿ ਬਾਹਾਂ ਉਲਾਰ ਕਰਕੇ ਜਾਣ ਦੇ ਉੱਤੇ ਪਹੁੰਚਣਗੇ। ਉਹਨਾਂ ਨੂੰ ਕੋਈ ਰੇਰੇ ਦਰਗੇ ਕਹੇ ਨਾ ਕਹੋ, ਆਓ ਬੈਠ ਆਦਰ ਸਭ ਦਿਓ। ਉਹਨਾਂ ਨੂੰ ਦਰਗਾਹ ਦੇ ਵਿੱਚ ਇਹ ਨਹੀਂ ਕਹੇਗਾ ਵੀ ਹਟ ਪਰੇ ਇੱਧਰ ਨਹੀਂ ਤੂੰ ਆਉਣ ਜੋਗਾ, ਉਹਨਾਂ ਦਾ ਸਤਿਕਾਰ ਕਰੇਗਾ। ਸੋ ਇਸ ਵਾਸਤੇ ਸਾਧ ਸੰਗਤ ਜੀ ਗੁਰੂ ਵਾਲੇ ਬਣਨਾ, ਗੁਰੂ ਦੀ ਸਿੱਖਿਆ ਦੇ ਉੱਤੇ ਚੱਲਣਾ, ਇਹ ਜੀਵਨ ਦਾ ਇੱਕ ਮਕਸਦ ਹੈ, ਇੱਕ ਪ੍ਰਯੋਜਨ ਹੈ। ਠੀਕ ਹੈ ਕਿ ਸਤਿਗੁਰਾਂ ਨੇ ਸਾਨੂੰ ਕਿਰਤ ਦੇ ਨਾਲ ਜੋੜਨਾ ਕੀਤਾ ਹੈ ਕਿ ਹਰ ਮਨੁੱਖ ਗੁਰੂ ਨਾਨਕ ਦਾ ਸਿੱਖ ਜਿਹੜਾ ਹੈ ਉਹ ਉਦਮੀ ਹੋਣਾ ਚਾਹੀਦਾ ਹੈ ਔਰ ਕਾਲ ਕਮਾਈ ਕਰਨ ਵਾਲਾ ਹੋਣਾ ਚਾਹੀਦਾ ਹੈ। ਕਾਲ ਖਾਏ ਸਤਿਗੁਰ ਦੇ ਨਾਨਕ ਰਾਹੋ ਪਛਾਣੇ ਸੇ, ਕਿਰਤ ਕਿਰਤ ਧਰਮ ਦੀ ਕਰਨਾ ਇਹ ਸਿੱਖੀ ਦਾ ਇੱਕ ਅਸੂਲ ਹੈ। ਲੇਕਿਨ ਇਸ ਅਸੂਲ ਦੇ ਵਿੱਚ ਰਹਿੰਦਿਆਂ ਹੋਇਆਂ ਗੁਰੂ ਵਾਲੇ ਬਣਨਾ, ਆਪਣੇ ਜੀਵਨ ਦਾ ਲਾਹਾ ਪ੍ਰਾਪਤ ਕਰਨਾ, ਰਸ ਪ੍ਰਾਪਤ ਕਰਨਾ, ਇਹ ਗੁਰੂ ਦੀ ਮਰਿਆਦਾ ਹੈ। ਗੁਰਾਂ ਨੇ ਸਾਨੂੰ ਮਰਿਆਦਾ ਜਿਹੜੀ ਹੈ ਉਹ ਦ੍ਰਿੜ ਕਰਵਾਉਣੀ ਕੀਤੀ ਹੈ। ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਇਸ ਜੀਵਨ ਕਾਲ ਦੇ ਵਿੱਚ ਇਹ ਸਾਧ ਸੰਗਤ ਜੀ ਸਾਡੀ ਭਲਿਆਈ ਹੈ, ਸਾਡਾ ਭਲਾ ਹੈ। ਇਹਦੇ ਵਿੱਚ ਗੁਰੂ ਤੋਂ ਕੋਈ ਦੇਣਾ ਲੈਣਾ ਨਹੀਂ। ਜੇ ਅਸੀਂ ਕਹੀਏ ਵੀ ਅਸੀਂ ਅੰਮ੍ਰਿਤ ਨਾ ਛਕਿਆ, ਗੁਰੂ ਦੀ ਸਿੱਖਿਆ ਦੇ ਧਾਰੇ ਨਾ ਹੋਏ ਅਤੇ ਗੁਰੂ ਦਾ ਕੋਈ ਸਤਿਕਾਰ ਘੱਟ ਜਾਵੇਗਾ, ਗੁਰੂ ਦਾ ਮਾਣ ਘੱਟ ਜਾਵੇਗਾ, ਐਸਾ ਨਹੀਂ ਹੈ ਸਾਧ ਸੰਗਤ ਜੀ। ਗੁਰੂ ਨੂੰ ਕੋਈ ਫਰਕ ਨਹੀਂ ਪੈਂਦਾ। ਸਾਡਾ ਕੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ, ਜੇ ਸਤਿਗੁਰ ਲੈਣਾ ਕਰੀਏ ਸਤ ਕਰਕੇ ਜਾਣ ਲੈਣਾ ਕਰੀਏ। ਸਤਿਗੁਰਾਂ ਨੇ ਸਾਨੂੰ ਇਹ ਜੀਵਨ ਦਿੱਤਾ। ਚੇਤੇ ਸਨ ਜੋ ਮਨ ਚੇਤੇ
कौन मुआ कौन
ਸੀ ਉੱਧਰ ਨੂੰ ਪਰਤ ਕੇ ਚਲੇ ਗਏ ਅਤੇ ਸਾਹਿਬ ਜੀ ਦੇ ਕਰਨ ਮੇਰਾ ਚਿੰਤਨ ਵਿਗੜਦਾ ਸ਼ਬਦ ਸੱਜੇ ਖੱਬੇ ਹੁੰਦੇ ਧਿਆਨ ਜ਼ਰੂਰੀ ਸਾਹਿਬ ਜੀ ਨੇ ਪਾਵਨ ਬਚਨਾਂ ਦਾ ਕੀਰਤਨ ਕੀਤਾ ਜੋ ਮਨ ਚੇਤਨਾ ਚੇਤੇ ਸਨ ਤੋਂ ਗਾਦੀ ਰੱਬ ਦੀਆਂ ਸਾਰੀਆਂ ਪੈਰੀਆਂ ਪਾਣੀ ਨਾਲ ਭਰੀਆਂ ਹੋਈਆਂ ਉਹਨਾਂ ਦੇ ਕਿਨਾਰਿਆਂ 'ਤੇ ਚਿੱਟੇ ਰੰਗ ਦੇ ਕੁਦਰਤੀ ਬਗਲੇ 'ਤੇ ਆ ਕੇ ਬੈਠਦੇ ਆਪਣਾ ਭੋਜਨ ਤਲਾਸ਼ਦੇ ਨੇ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਤੂੰ ਸਦਾ ਰਹੋ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਿਆ ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਿਆ ਸਭਨਾ ਗੱਲਾਂ ਸਮਰੱਥ ਸੁਆਮੀ ਸੁਖਿਓ ਮੈਨੂੰ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲ ਸਾਚੇ ਸਾਹਿਬਾ ਕਿਆ ਨਹੀਂ ਕਰਦੇ ਰਹਿ ਕਰਤਾ ਤੇਰੇ ਸਭ ਕੁਛ ਹੈ ਜਿਸਦੇ ਸੋਫਾ ਸਦਾ ਸ
सिफत सलाहा तेरी नाम मनक सच्चे साधक क्या नाही करते साचा नाम मेरा आधार साच नाम आधार मेरा जिन भुखा सब प्रसाद सुख सदा कुर्बान किता गुरविटो जिसनी आए बटिया कह कर सपा के शब्द बाजे कला जित पंच दूत तुझ बस जीते काल कंटक पाकी हो सगल मनोरथ पूरे पाल ब्रह्म पाया पूरे गुरु ते जान सुनते पुनीत कहते भगत नानक गुरु चरण लागे खिले सगल जगत चंगैया वाचे धर्म हगूर करिया को अपनी नेड़े के दूर जिनी नाम खेती छुट्टी नार जिनी नाम गए मशक्कत काल नानक ते मुख उजले केती छुट्टी बेअंत फुलां दी खिमा सतगुर कृपा करी सरदार दयाल सिंह जी अपेक्षा सतगुर चरणा च बख्शन परिवार नू कुटुंबियां नू आत्मक बल बख्शन जिन्हें आप जी संगती रूप विच आए हो सतगुर सब नू नाम दान की दात चरणा दा सतगुर प्यार बख्शे सवा सतगुरु ने जी ज्ञान दिता है ताकत दिती है धन दिता है सतगुर जी मानवता की सेवा विच ला लेना समर्था आप बख्शे अपनिया सेवावां आप लैनिया फुलां दी खिमा अरदास करके सतगुरां तो असीस प्राप्त करिए देवो सज्जन असीस जो होवै साहिब सोहे तुम ठाकुर तुम पहले गुरना जी सतनाम श्री वाहिगुरु सतनाम श्री वाहिगुरु साहिब जीओ अरदास इक्की ओंकार श्री वाहिगुरु जी की फतेह श्री भगवती जी सहाई वाह श्री भगवती जी की पातशाही दसवीं प्रथम भगवती समर कई गुरु नानक लई त्याय फिर अंगद गुरति अमरदास रामदासी हुई सहाई अर्जन हर गोबिंद समरऊ श्री हर राय श्री हर कृष्ण जी त्याईया जिस गति साफ बजाई एक बहादुर सिमरियाए कारण नौन दे आवे ताई सपना जी सहाई दसवें पातशाह गुरु गोबिंद सिंह जी महाराज सपना जी सहाई दसा ही पातशाहियां दी आत्म स्वरूप चवर तख्त दे मालक हाजर नाजर तन तन श्री गुरु ग्रंथ साहिब जी दी पाठ दर्शन उपदेश दा ध्यान तर की खालसा जी साहिब बोलना जी वाह जिन्हां सिंघां संगरियां ने धर्म हित सी दित्ती बंद बंद करवाई खुपरियां लवाईयां कुर्बानियां कीतियां धर्म निहारिया सिखी किसा सत की खालसा जी साहिब बोलना जी वाह ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਵਾਹਿਗੁਰੂ 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 ਕਿਤੇ ਆਵੇ ਕਿਤੇ ਆਮਕਾਰ ਤਾਂ ਤਾਂ ਰਚਿਆ ਰਾਏ ਦੇਗ ਦੇ ਫਤਿਹ ਗਿਰਦਗੀ ਪੈ ਬੰਦਗੀ ਜੀਤ ਸ੍ਰੀ ਰਾਜ ਦੇ ਸਿੱਖਾਂ ਦਾ ਮੰਨੀ ਮਾਂ ਮਤ ਉੱਤੀ ਮਤ ਪਾ ਰਹਿ ਦਾਨ ਕਬੀਕ ਦਾਨ ਵਿਸਾਹੁ ਦਾਨ ਉਸਾ ਦਾਨ ਦਾਨ ਜੁਗੋ ਜੁਗ ਅਕਾਲ ਧਰਮ ਕੀ ਜੈ ਜੈਕਾਰ ਕਰੋ ਲੋ ਮੋਹ ਹੰਕਾਰ ਬਚਾਉਣਾ ਜੀ ਹੇ ਨਿਮਾਣਿਆਂ ਦੇ ਮਾਨ ਸਤਿਗੁਰੂ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਦਸਾਹੀ ਪਾਮਾਜ ਸੱਚੇ ਪਾਤਸ਼ਾਹ ਜੀ ਆਪ ਦੇ ਚਰਣਾ ਕਮਲਾਂ ਵਿਖੇ
आप दे पुत्र बजरहनु आपे हर इक रंग है आपे बहुरंगी आप जो जितने को श्वास लगे आरजा लगे समाज लोग के पहुंचे सन गरीब नवाज जी अपने श्वासां दी पूंजी नु खत्म करदे हुए सारे परिवार नु सदीमी विछोड़ा दिंदा होया जो अकाल चलाना करके ने महाराज उन्हां दी रूह शांति देने वास्ते उन्हां दे भले वास्ते आप जी दसी हुई मर्यादा दे अनुसार परसो रोज लैके धुर की बाणी आई तिन सगली चिंत मिटाए दे श्री अखंड पाठ साहब प्रारंभ कीते गए सन महाराज आदि कृपा दे सदका अमृत वेले धूप पाए गए नगरी परवाज स्वरूप प्रकाश किया गया उपरंत खुले पंडालों विच कल युग में कीर्तन प्रधाना गुरमुख जपिए लाए ध्यान दे महावाक अनुसार भी बाणी दे हरदास कीर्तन हुए गुरमत दिया विचारा हुई ने पातशाह जी कीर्तन तरह दिया भुला हो गई हुई पातशाह कृपा करो इस गुरबाणी का महात्म फल कीर्तन का महात्म फल विछड़ी आत्मा नूं बख्श करना 84 लख दे गेड़ तों बचाउणा पिछो परिवार नूं धीरज बख्शना परिवार दे अंग संग हो के सहायता करनी महाराज जी सरबत संगतां दा आया होया कदम कदम दरगाह विच प्रवान करियो दुखां कलेसां बीमारियां दा ना करियो ਅਤੇ ਸੋ ਸ਼ਾਂਤੀਆਂ ਇਲਾਕੇ ਵਿੱਚ ਤੰਦਰੁਸਤੀਆਂ ਬਖਸ਼ੀਆਂ ਕਰੀਆਂ ਮਹਾਰਾਜ ਗਰੀਬਾਂ ਦੇ ਸੇਵਾਦਾਰਨ ਗੁਰਬਾਣੀ ਪੜ੍ਹੀ ਗੁਰਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਹੋਈਆਂ ਬਿਨ ਭੁੱਲਾਂ ਦੀ ਖਿਮਾ ਕਰੋ ਦਾਤਾ ਜੀ ਆਪ ਜੀਆਂ ਨੂੰ ਭੋਗ ਲਵਾਂ ਅਤੇ ਗੁਰੂ ਕੀ ਕਿਰਪਾ ਪ੍ਰਸ਼ਾਦ ਦੇ ਤਿਆਰ ਹੈ ਕਿਰਪਾ ਕਰੋ ਜੀ ਭੋਗ ਲਾਭੋ ਲੱਗਿਆ ਹੋਇਆ ਭੋਗ ਸਬੱਤ ਸੰਸਥਾ ਵਰਤਾਉਣ ਦੀ ਆਗਿਆ ਵਾਹਿਗੁਰੂ ਮਹਾਰਾਜ ਕਿਰਪਾ ਕਰੋ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਏ ਵੰਦ ਹੋ ਗੁਰੂ ਨਾਨਕ ਨਾਮ ਕੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਗੁਹਰਾ ਆਗਿਆ ਪਈ ਅਕਾਲ ਕੀ ਤਵੇ ਚਲਾਇਓ ਸਭ ਸਿਖਨ ਕੋਕ ਮੈਂ ਗੁਰੂ ਆਇਓ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚਾ ਰਾਜ ਕਰੇ ਕਾ ਖਾਲਸਾ ਤਾਕੀ ਰਹੇ ਪਾਰ ਹੋਈ ਸਾਹਮਣੇ ਗੇ ਬਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਦ ਹੈ ਕੜੇ ਸੋ ਤਰੇ ਹਾਰ ਜੋ ਸ਼ਰਦਾ ਕਰ ਸਿਮ ਦੇ ਸਾਧ ਗੁਰ ਪਾਰ ਉਤਾਰ ਸ਼ਰਦਾ ਕਰ ਸੇਮ ਤੇ ਸਤਿਗੁਰ ਪਾਰ ਉਤਾਰਨ ਬੋਲੇ ਸੋ ਨਿਹਾਲ ਸਤਿ ਆਕਾਰ ਦੇਵੇ ਬਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਕ ਸ਼ਬਦ ਲਿਵ ਲਾਏ ਨਾਮ ਨਿਧੀ ਅਠਾਰ ਹੈ ਸਿੱਧੀ ਪਿੱਛੇ ਲੱਗੀਆਂ ਫਿਰ ਹੈ ਜੋ ਹਰ ਹਿਰਦੈ ਸਦਾ ਵਸਾਏ ਬ੍ਰਹਮ ਬਿੰਦੈ ਤਿਸਦਾ ਬ੍ਰਹਮਤ ਰਹੈ ਏਕ ਸ਼ਬਦ ਲਿਵ ਲਾਏ ਨਾਮ ਨਿਧੀ ਅਠਾਰ ਹੈ ਸਿੱਧੀ ਪਿੱਛੇ ਲੱਗੀਆਂ ਫਿਰ ਹੈ ਜੋ ਹਰ ਹਿਰਦੈ ਸਦਾ ਵਸਾਏ ਦੀ ਰਸਮ ਹੈ। ਇੱਕ ਹੋਰ ਸੂਚਨਾ ਹੈ, ਭਾਈ ਸਾਹਿਬ ਭਾਈ ਗੁਰਨਾਥ ਸਿੰਘ ਸਨ ਆਫ ਭਾਈ ਦਿਆਲ ਸਿੰਘ ਜੀ ਭਾਲੀਏ ਦੋਨੇ 6 ਫੁੱਟ ਡਿੱਬੀਆਂ ਤੋਂ ਉਹਨਾਂ ਦਾ ਲਾਇਸੈਂਸ ਦਿੱਤਾ ਭਾਈ ਉਹ ਬਾਬੇ ਜੀ ਕੋਲ ਹੈ ਉਹ ਲਿਜਾ ਸਕਦਾ ਭਾਈ ਗੁਰਨਾਥ ਸਿੰਘ ਭਾਲੀਏ ਤੋਂ ਉਹਨਾਂ ਦਾ ਲਾਇਸੈਂਸ ਦਿੱਤਾ ਉਹ ਬਾਬਾ ਜੀ ਕੋਲ ਹੈ। ਸਤਿਗੁਰਾਂ ਦੀ ਬਾਣੀ ਦੇ ਸਹਿਜ ਪਾਠ ਜਾਂ ਸ਼੍ਰੀ ਅਖੰਡ ਪਾਠ ਸਾਹਿਬ ਕਰਨੇ ਗੁਰੂ ਦੇ ਹੁਕਮਾਂ ਅਨੁਸਾਰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ
सतगुरां दी पावन हाजरी दे विच अरदास समागम होया, जिस दे विच कथा विचारां उपरंत सिख सद्भावना दल दे मुखी भाई बलदेव सिंह जी वडाला, जिन्हां ने धन श्री गुरु अमरदास महाराज दे पावन वचनां नूं कमाउंदिआं होइआं अंत सतगुर बोलिआ, मैं पिछे कीर्तन करिओ निर्वाण जीओ। कीर्तन की हाजरी भरी, जन संगतां विछड़ी हुई आत्मा नूं श्रद्धा दे फुल भेट करन दे वास्ते आए हन। अरदास उपरंत सतगुरां ने सानूं मुख वाग दी दात बख्शी है। वैसे गुरमत दे दायरे विच जाइए, जदों अरदास हो जाए सतगुरु जी मुख वाग दी दात बख्शिश कर दें, फिर कोई ऐसी रस्म क्रिया नहीं रह जाती। लेकिन फिर भी दास नूं हुक्म होया है कि जिथे सरदार दयाल सिंह जी चेयरमैन समाजिक कामों के हिस्सा लेंदे सन, धार्मिक कामों के हिस्सा लेंदे सन, उत्थे राजनीति दे विच भी उन्हां दा विशेष योगदान सी। सो जिथे धार्मिक शख्सियतां इस समय के उत्ते पहुंचियां हन, सरकार योग बाबा अवतार सिंह साहब जी नाल, बाबा विधि चंद साहब जी मुखी, उन्होंने बहुत प्यार सी, चेयर फोन किया और बाबा जी कहन लगे कि रुझेवे बहुत ज्यादा हैं ते साड़ी हाजरी तुसी फतेह दे रूप दे विच संगतां दे विच लवा देणे। गुरबाणी राही सानू निहाल किया और शब्द का विचार कीती। कथन पिंड सुर सिंह बाबा जी का नाम है, उन्हें अवतार सिंह जी का, इन्हों का मुढ़ इतों बजा। सरदार चानण सिंह जी जो इन्होंने बाप सन, उन्होंने पाकिस्तान के बच्चे रह गया पिंड जमशेद। पता नहीं सरदार दयाल सिंह एक मनी परमनी हस्ती सी, जेडे कि सानू अज विछोड़ा दे गए और परमात्मा के चरणों में जाप रचे। कांग्रेस पार्टी के बड़े चंगे कारकुन, चंगे वर्कर, चंगे अहदियां ते रहे। मेरे फादर साहब पंडित बालमुख शर्मा के ऐसे वड्डे भरात नाल काम किया, उन्होंने इन्हों मार्केट मिल गया, मलनाले का चेयरमैन बनाया। दुख नाल कहना पैंदा कि सरदार दयाल सिंह जी एक्स चेयरमैन मार कमेटी मलनाले अंतम अरदास विच शामिल होए हैं, बड़े दुख की घड़ी है। इन्हों दे तीन बेटे तीन बेटियां, जिन्हां विचों सरदार सतनाम सिंह जी जो कि साढ़े ममदोट के विच मार कमेटी सैकटरी ने और बहुत ही सुलझा होया परिवार, इन्होंने जदों चेयरमैन बने सी जिवें कि सारे बुलारे दस रहे सी बहुत धड़लेदार काम किए, जिहड़े कि आपां सड़कां दे विच देखदे हां जिन्ना भी जाल विछिया होया, इन्हां दी बदौलत इन्हां दे काम जिहड़े करवाए हुए वो अज बोलदे आ।